अमरीका तो आए NRI नूं किडनैप करन दे विच इस्तेमाल होईयां गड्डियां पुलिस ने कीतियां बरामद। चार होर व्यक्तियों नूं कीता नामजद। थाना सिटी दे SHO सचिन कुमार ने दित्ती जानकारी। ਫਾਜ਼ਿਲਕਾ ਦੇ ਵਿੱਚ ਇੱਕ NRI ਨੂੰ ਕਿਡਨੈਪ ਕਰਕੇ ਲਿਆਂਦਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਚਾਰ ਆਰੋਪੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਚਾਰ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਆਰੋਪੀਆਂ ਦੇ ਕੋਲੋਂ 3 ਗੱਡੀਆਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ SHO ਸਚਿਨ ਕੁਮਾਰ ਨੇ ਦੱਸਿਆ ਕਿ ਅਮਰੀਕਾ ਤੋਂ ਆਏ NRI ਨੂੰ ਕਿਡਨੈਪ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਚਾਰ ਆਰੋਪੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਚਾਰ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਆਰੋਪੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਰਿਮਾਂਡ ਦੇ ਦੌਰਾਨ ਇਹਨਾਂ ਤੋਂ 3 ਗੱਡੀਆਂ ਬਰਾਮਦ ਕੀਤੀਆਂ ਗਈਆਂ ਜੋ ਕਿ ਕਿਡਨੈਪਿੰਗ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਸੀ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਆਰੋਪੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਿਰ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 2 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਇਹਨਾਂ ਨੂੰ ਸੌਂਪਿਆ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ ਹੋਰ ਵੀ ਬਰਾਮਦਗੀ ਕੀਤੀ ਜਾਏਗੀ। ਪਹਿਲਾਂ 2 ਦਿਨ ਦਾ ਰਿਮਾਂਡ ਮਿਲਿਆ ਸੀ ਅਤੇ ਜਿਹਦੇ ਵਿੱਚ ਅਸੀਂ ਇਹਨਾਂ ਪਾਸੋਂ 3 ਗੱਡੀਆਂ ਰਿਕਵਰ ਕਰਾਈਆਂ ਨੇ ਜੋ ਇਹਨਾਂ ਨੇ ਕਿਡਨੈਪਿੰਗ ਟਾਈਮ ਵਰਤੀਆਂ ਸੀ, ਜਿਨ੍ਹਾਂ ਵਿੱਚੋਂ 1 ਗੱਡੀ ਫੋਰਚੂਨਰ ਸੀ ਅਤੇ ਇਹਦੇ ਨਾਲ ਇਹਨਾਂ ਕੋਲ 1 XX4 ਸੀ ਮਰੂਤੀ ਵਾਲਿਆਂ ਦੀ ਅਤੇ 1 ਹੋਂਡਾ ਸਿਵਿਕ ਗੱਡੀ ਸੀ ਜਿਹੜੀ ਇਹਨਾਂ ਨੇ ਜੋ ਲੁਧਿਆਣੇ ਤੋਂ ਜਿਹੜਾ ਬੰਦੇ ਨੂੰ ਕਿਡਨੈਪ ਕਰਕੇ ਲੈ ਕੇ ਆਏ ਸੀ। ਸਰ ਕਿੰਨੇ ਬੰਦੇ ਨਾਮਜ਼ਦ ਕੀਤੇ ਗਏ ਹੋਰ ਇਸ ਮਾਮਲੇ ਦੇ ਵਿੱਚ? ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਬੂਟਾ ਸਿੰਘ ਅਤੇ ਗੁਰਭੇਜ ਸਿੰਘ ਜਿਹੜਾ ਇਹਦਾ ਛੋਟਾ ਜੀਜਾ ਹੈ ਅਤੇ ਇੱਕ ਇਹਦੇ ਵਿੱਚ ਸੁਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੂੰ ਹੋਰ ਜਿਹੜਾ ਨਾਮਜ਼ਦ ਕੀਤਾ ਗਿਆ ਮੁਕਦਮੇ 'ਚ। ਕਿੰਨੇ ਦਿਨਾਂ ਦਾ ਸਰ ਰਿਮਾਂਡ ਲਿਆ ਗਿਆ? ਇਹਦੇ ਵਿੱਚ ਅੱਜ ਪੇਸ਼ ਕੀਤੇ ਸੀ, ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲਿਆ ਜੀ। ਸਰ ਅੱਗੇ ਦੀ ਕਾਰਵਾਈ ਕੀ ਰਹੇਗੀ? ਇਹਦੇ ਵਿੱਚ ਅਸੀਂ ਜਿਹੜਾ ਇਹ ਇਹਨਾਂ ਨੇ ਜਿਹੜਾ ਪੀੜਤ ਤੋਂ ਨਛੱਤਰ ਸਿੰਘ ਸੀ ਜਿਹੜਾ NRI ਉਹਦੇ ਪਾਸੋਂ ਜਿਹੜੀ 1 ਰੋਲੈਕਸ ਵਾਚ ਸੀ ਅਤੇ 1 ਉਹਦੀ ਕੜਾ ਅਤੇ ਡਾਇਮੰਡ ਰਿੰਗ ਸੀ ਅਤੇ ਹੋਰ ਕੋਈ ਕੀਮਤੀ ਸਮਾਨ ਸੀ ਜਿਹੜਾ ਇਹਦੇ ਪਾਸੇ ਇਹਨਾਂ ਪਾਸੋਂ ਅਸੀਂ ਹਾਲੇ ਰਿਕਵਰ ਕਰਾਉਣਾ ਹੈ ਅਤੇ ਬਾਕੀ ਦੋਸ਼ੀਆਂ ਦੇ ਟਿਕਾਣਿਆਂ ਬਾਰੇ ਵੀ ਇਹਨਾਂ ਨੂੰ ਪਤਾ, ਉਹ ਵੀ ਅਸੀਂ ਜਲਦੀ ਤੋਂ ਜਲਦੀ ਜਿਹੜਾ ਟਰੇਸ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਕੋਈ ਤਾਰਾ ਦਾ ਵਾਅਦਾ ਵੀ ਕੀਤਾ ਗਿਆ ਜੀ ਇਸ ਕੇਸ ਦੇ ਵਿੱਚ? ਇਹਦੇ ਵਿੱਚ ਅਸਲਾ ਐਕਟ ਦਾ ਵਾਅਦਾ ਕੀਤਾ ਗਿਆ ਸੀ।